ਸਤਿ ਸ਼੍ਰੀ ਅਕਾਲ ਜੀ, ਮੈਂ ਆ ਕੁਲਵਿੰਦਰ ਸਿੰਘ ਛਲੇੜੀ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਮਹਿਮਾਨ ਜੁੜੇ ਨੇ, ਮਾਨਿਕ ਗੋਇਲ ਜੀ, ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਮਾਨਿਕ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਮਾਨਿਕ ਜੀ, ਆਪਾਂ ਜਿਹੜੇ ਆ ਲਗਭਗ ਜਿਹੜੇ ਜਿੰਨੇ ਵੀ ਸਰਕਾਰ ਜੋ ਕੁਝ ਕਰ ਰਹੀ ਆ ਉਹ ਸਾਰੀਆਂ ਗੱਲਾਂ ਦੇ ਉੱਤੇ ਮੈਨੂੰ ਲੱਗਦਾ ਇਹਦੇ ਉੱਤੇ ਝਾਤ ਮਾਰਨ ਦੀ ਲੋੜ ਆ, ਜੋ ਕਿ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਮੁੱਦੇ ਨੇ। ਇਹ ਸਾਰੇ ਮੁੱਦਿਆਂ ਦੇ ਉੱਤੇ ਆਪਾਂ ਮੇਰੇ ਖਿਆਲ ਦੇ ਵਿੱਚ ਚਰਚਾ ਕਰਾਂਗੇ ਬਾਰੋਬਾਰੀ ਜਿਹੜੇ ਸੀਰੀਅਲ ਵਾਈਜ਼। ਤਾਂ ਪਹਿਲਾਂ ਤਾਂ ਇੱਕ ਹੁਣੀ ਜਿਹੜੀ ਹੈ ਬਿੱਤੇ ਦਿਨ ਹੀ ਜਿਹੜੀ ਇੱਕ RTI ਆਈ ਹੈ ਸਾਹਮਣੇ ਆਈ ਹੈ, ਉਹਦੇ ਵਿੱਚ ਖੁਲਾਸੇ ਹੋ ਰਹੇ ਨੇ ਕਿ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਜਿਹੜਾ ਇੱਕ ਚਲਾਇਆ ਗਿਆ ਸੀ ਕਿ ਸਾਡਾ ਕੰਮ ਬੋਲਦਾ, ਹਾਲਾਂਕਿ ਉਹਦੇ ਵਿੱਚ ਸ਼ਬਦਾਵਲੀ ਵੀ ਜਿਹੜੀ ਉਦੋਂ ਕੁਝ ਹੋਰ ਹੀ ਬਣ ਗਈ ਸੀ, ਤਾਂ ਉਹਦੇ ਵਿੱਚ ਪਤਾ ਲੱਗਿਆ ਕਹਿੰਦੇ ਕਿ 25 ਦਿਨਾਂ ਦੇ ਵਿੱਚ 33 ਕਰੋੜ ਰੁਪਇਆ ਜਿਹੜਾ ਖਰਚਿਆ ਜਾ ਰਿਹਾ ਇਸ਼ਤਿਹਾਰਬਾਜ਼ੀ ਨੂੰ ਲੈ ਕੇ। ਕਿਵੇਂ ਦੇਖਦੇ ਹੋ ਸਾਰੀ ਗੱਲਬਾਤ? ਦੇਖੋ ਕੁਲਵਿੰਦਰ ਜੀ, ਇਹ 25 ਕਰੋੜ 33 ਕਰੋੜ ਸੋਰੀ 25 ਦਿਨਾਂ ਦੇ ਵਿੱਚ ਇਕੱਲਾ ਟੋਟਲ ਨਹੀਂ ਹੈਗਾ। ਇਸ ਜਿਹੜਾ ਖਰਚਾ ਇਹਦੇ 'ਚ ਬੱਸਾਂ 'ਤੇ ਜਿਹੜੇ ਤੁਸੀਂ ਉਹ ਖਰਚੇ ਨਹੀਂ ਹੈਗੇ, ਉਹ ਲਾਏ ਨਹੀਂ ਹੋਏ। ਸ਼ਹਿਰਾਂ ਦੇ ਵਿੱਚ ਜਿਹੜੇ ਕਾਰਪੋਰੇਸ਼ਨ ਵਾਲੇ ਲਾਏ ਹੋਏ ਫਲੈਕਸ ਉਹ ਨਹੀਂ ਆਉਂਦੇ। ਹੋਰ ਜਿਹੜੇ ਐਡਵਰਟਾਈਜ਼ਮੈਂਟ 'ਤੇ ਬੂਸਟ ਕੀਤਾ ਇਹਨਾਂ ਨੇ ਉਹ ਨਹੀਂ ਲਾਇਆ ਹੋਇਆ, ਅਤੇ ਹੋਰ ਬੜਾ ਜਿਹੜਾ ਗੂਗਲ ਦਾ ਜਿਹੜਾ ਐਡ ਕੀਤੀ ਆ ਉਹ ਨਹੀਂ ਹੈਗੀ, ਅਤੇ ਹੋਰ ਤਰ੍ਹਾਂ ਦੇ ਬੜੇ ਖਰਚੇ ਆ। ਅਤੇ ਹੋਰ ਜਿਹੜੇ ਨਾਲੋ ਨਾਲ ਇਹਨਾਂ ਦਾ ਚੱਲਦਾ ਸਿਸਟਮ, ਮਤਲਬ ਇਹ ਕੋਈ ਇਹ ਔਨ ਐਵਰੇਜ ਜੇ ਤੁਸੀਂ ਮੋਟਾ ਮੋਟਾ ਤੁਹਾਨੂੰ ਮੈਂ ਦੱਸਾਂ, ਜੇ ਅਪਰੋਕਸੀਮੇਟਲੀ ਇਹ 3-4 ਕਰੋੜ ਰੁਪਇਆ ਰੋਜ਼ ਦਾ ਖਰਚਦੇ ਪਏ ਆ ਇਕੱਲੇ ਇਸ਼ਤਿਹਾਰਬਾਜ਼ੀ 'ਤੇ। ਜਿਹੜੀ ਹੁਣ RTE ਆ ਇਹਦੇ 'ਚ ਮਤਲਬ ਇਹਨਾਂ ਨੇ ਇਕੱਲਾ ਜਿਹੜਾ ਸਾਡਾ ਕੰਮ ਬੋਲਦਾ ਜਿਹੜੀ ਚਲਾਈ ਸੀਗੀ, ਜਿਹਦਾ ਕੋਈ ਮਤਲਬ ਨਹੀਂ ਬਣਦਾ ਸੀਗਾ। ਜੇ ਕੰਮ ਬੋਲਦਾ ਸੀ ਤੇ ਫਿਰ ਇੰਨੀ ਐਡ ਕਿਉਂ ਕੀਤੀ? ਹੈ ਨਾ, ਕੰਮ ਬੋਲਣਾ ਚਾਹੀਦਾ ਸੀ, ਫਿਰ ਐਡਵਰਟਾਈਜ਼ਮੈਂਟ ਦਾ ਮਤਲਬ ਨਹੀਂ ਸੀ। ਉਹਦੇ 'ਚ 9 ਕਰੋੜ ਰੁਪਏ ਅਖਬਾਰਾਂ ਨੂੰ ਦਿੱਤਾ, ਕਰੀਬ 8.80 ਕਰੋੜ ਰੁਪਏ ਵੈਬਸਾਈਟਾਂ ਨੂੰ ਦਿੱਤਾ, ਤੇ 14 ਕਰੋੜ ਰੁਪਏ TV ਨੂੰ ਦਿੱਤਾ, ਤੇ ਕਰੀਬ 1.5 ਕਰੋੜ ਰੁਪਇਆ ਦਿੱਤਾ ਇਹਨਾਂ ਨੇ ਰੇਡੀਓ ਨੂੰ ਜੀ। ਤੇ ਇੰਨਾ ਜ਼ਿਆਦਾ ਪੈਸਾ ਤੁਸੀਂ ਦੇਖੋ ਵੀ ਇਕੱਲੀ ਇੱਕ ਕੈਂਪੇਨ ਤੇ, ਕੁਛ ਦਿਨਾਂ ਦੀ ਕੈਂਪੇਨ ਸੀ, 25 ਦਿਨਾਂ ਦੇ ਵਿੱਚ ਇੱਕ ਸਲੋਟ ਹੈਗਾ, ਕੁਛ ਦਿਨਾਂ ਦੀ ਕੈਂਪੇਨ ਸੀ, ਇਹਦੇ 'ਚ ਵੀ ਹਜੇ ਪੂਰੇ ਖਰਚੇ ਨਹੀਂ। ਜੇ ਪੂਰੇ ਖਰਚੇ ਇਕੱਲੀ ਇੱਕ ਕੈਂਪੇਨ ਦੇ ਲਾਓ ਤੇ ਟੋਲ ਜਿਹੜਾ ਹੈਗਾ 50 ਕਰੋੜ ਤੱਕ ਪਹੁੰਚ ਜਾਊਗਾ। ਕਿਸ ਕਦਰ ਲੋਕਾਂ ਦਾ ਪੈਸਾ ਉਡਾਇਆ ਜਾ ਰਿਹਾ ਹੈਗਾ, ਮੈਂ ਤੁਹਾਨੂੰ ਦੱਸਦਾ ਪਿਆ ਵੀ ਕਰੀਬ ਕਰੀਬ ਇਹ ਮਹੀਨੇ ਦੇ ਵਿੱਚ ਔਨ ਐਵਰੇਜ 100 ਕਰੋੜ ਤੋਂ ਉੱਤੇ ਇਸ਼ਤਿਹਾਰਬਾਜ਼ੀ ਤੇ ਖਰਚਦੇ ਪਏ ਆ। ਹੁਣ 10-11 ਮਹੀਨਿਆਂ ਦੇ ਵਿੱਚ ਕਰੀਬ 1100-1200 ਕਰੋੜ ਰੁਪਇਆ ਖਰਚ ਚੁੱਕਿਆ। ਇਹਦੀ ਤੁਸੀਂ ਤੀਜੇ ਦਿਨ ਭਗਵੰਤ ਮਾਨ ਜੀ ਦੀ ਫੋਟੋ ਦੇਖਦੇ ਹੋਵੋਗੇ, ਇੱਥੇ ਨੀ ਗੋਆ ਵਾਲੇ ਵੀ ਦੇਖਦੇ, ਤੁਸੀਂ ਵੀ ਦੇਖਦੇ ਹੋ, ਗੁਜਰਾਤ ਵਾਲੇ ਵੀ ਦੇਖਦੇ, ਸਾਰੇ ਜਿਹੜੇ ਹੈਗੇ ਮਸ਼ਹੂਰੀ ਕਰਦੇ ਪਏ ਆ। ਤੇ ਦੂਜੀ ਗੱਲ ਇਹਦੇ 'ਚ ਮੈਂ ਹੋਰ ਸੁਣੀ ਹੈ ਜੀ, ਇਹਦੇ 'ਚ ਕਹਿੰਦੇ ਜੀ ਵੀ ਜਿਹੜੀ ਇਸ਼ਤਿਹਾਰਬਾਜ਼ੀ ਕਰਦੇ ਇਹਦੇ 'ਚੋਂ ਪੈਸੇ ਬੜੇ ਵਾਪਸ ਆਉਂਦੇ ਆ, ਕਰਪਸ਼ਨ ਦਾ ਮਸਲਾ। ਇਹ ਵੀ ਜਾਂਚ ਦਾ ਵਿਸ਼ਾ ਹੈ, ਜਿਹੜੀ ਕਿਸੇ ਇੰਡੀਪੈਂਡੈਂਟ ਏਜੰਸੀ ਨੂੰ ਜਾਂਚ ਕਰਨੀ ਚਾਹੀਦੀ ਹੈ ਵੀ ਜਿਹੜੇ ਇਹ ਪੈਸੇ ਦਿੰਦੇ ਆ ਉਹਦੇ 'ਚੋਂ ਕੋਈ ਕੈਕਬੈਕਸ ਵਾਪਸ ਆਉਂਦੀਆਂ ਨੇ ਜਿਵੇਂ ਲੋਕ ਕਹਿੰਦੇ ਆ, ਮੈਂ ਸੁਣਿਆ ਲੋਕਾਂ ਤੋਂ। ਤੇ ਦੂਜੀ ਗੱਲ ਜਿਹੜੀ ਇਹ ਹੁਣ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਕਲਕੱਤੇ ਦੇ ਏਅਰਪੋਰਟ ਤੇ, ਬੰਬੇ ਦੇ ਏਅਰਪੋਰਟ ਤੇ, ਬੰਬੇ ਦੇ ਏਅਰਪੋਰਟ ਤੇ ਜਿੱਥੇ 1 ਦਿਨ ਦਾ ਕਰੋੜਾਂ ਦਾ ਖਰਚਾ ਹੈ ਇਸ਼ਤਿਹਾਰਬਾਜ਼ੀ ਦਾ, ਤੇ ਮਤਲਬ ਉੱਥੇ ਵੀ ਇਹ ਲਾਉਂਦੇ ਪਏ ਆ, ਜਿੱਥੇ ਅਡਾਨੀ ਅੰਬਾਨੀ ਵਰਗੇ ਇਸ਼ਤਿਹਾਰ ਦਿੰਦੇ ਆ ਉੱਥੇ ਵੀ ਇਹਨਾਂ ਦੇ ਇਸ਼ਤਿਹਾਰ ਚੱਲਦੇ ਆ, ਜਿਹਦੀ ਕੋਈ ਲੋੜ ਨਹੀਂ। ਪੰਜਾਬ ਤੇ ਪਹਿਲਾਂ ਹੀ ਬਲੀਡ ਹੋਇਆ ਪਿਆ, ਪੰਜਾਬ ਦੇ ਪਹਿਲਾਂ ਹੀ ਖਜ਼ਾਨਾ ਖਾਲੀ। ਮੈਂ ਉਹੀ ਉਸੇ ਗੱਲ ਤੇ ਆਉਣਾ ਸੀ ਗੋਇਲ ਸਾਹਿਬ, ਕਿ ਸੀਐਮ ਭਗਵੰਤ ਮਾਨ ਹੁਣ ਤੱਕ ਕਹਿੰਦੇ ਰਹੇ ਨੇ ਕਿ ਭਾਈ ਪੰਜਾਬ ਦੇ ਖਜ਼ਾਨੇ ਦਾ ਪੁਰਾਣੀ ਸਰਕਾਰਾਂ ਨੇ ਬੁਰਾ ਹਾਲ ਕਰਤਾ, ਖਾਲੀ ਪੀਪੇ ਸੀ, ਫਲਾਣਾ ਸੀ, ਕਿ ਹੁਣ ਸੀਐਮ ਭਗਵੰਤ ਮਾਨ ਉਹਨਾਂ ਨੂੰ ਪਤਾ ਨਹੀਂ ਹੈ ਕਿ ਪੰਜਾਬ ਦੇ ਖਜ਼ਾਨੇ ਦਾ ਕੀ ਹਾਲ ਆ। ਤੇ ਜੇ ਇਹ ਪੈਸੇ ਜਿਹੜੇ ਆ, ਜੇ ਆਪਾਂ ਇਹ ਵੀ ਕਹਿ ਲਈਏ ਕਿ ਚਲੋ ਦਿੱਲੀ ਵਾਲੇ ਜਿਹੜੇ ਉਹ ਦਵਾ ਰਹੇ ਨੇ ਅਜਿਹੇ ਇਸ਼ਤਿਹਾਰ ਜਿਹੜੇ ਨੇ, ਪਤਾ ਕੀ ਸੀਐਮ ਭਗਵੰਤ ਮਾਨ ਉਹਨਾਂ ਤੋਂ ਬਿਨਾਂ ਇਜਾਜ਼ਤ ਤੋਂ ਹੀ ਚਲੇ ਜਾਂਦੇ ਨੇ ਇੰਨੇ ਪੈਸੇ? ਨਹੀਂ, ਮੈਨੂੰ ਤੇ ਇਹੀ ਲੱਗਦਾ ਵੀ ਭਗਵੰਤ ਮਾਨ ਨੂੰ ਠੀਕ ਹੈ ਪਤਾ ਹੋਣਾ, ਪਰ ਉਹ ਤਾਂ ਪੁੱਛਦੇ ਪੁੱਛਦੇ ਨਹੀਂ ਹੋਣੇ, ਕਿਉਂਕਿ ਕਿਸੇ ਵੀ ਚੀਜ਼ ਦਾ ਜਿੰਨਾ ਕੁ ਮੈਨੂੰ ਲੱਗਦਾ ਵੀ ਭਗਵੰਤ ਮਾਨ ਜੀ ਨੂੰ ਕੁਛ ਬੜਾ ਪਤਾ ਨਹੀਂ, ਨਾ ਪੁੱਛਦੇ ਉਹਨਾਂ ਨੂੰ। ਪਰ ਹਾਂ, ਜੇ ਉਹ ਚਾਹੁਣ ਤਾਂ ਰੋਕ ਸਕਦੇ ਆ, ਕਿਉਂਕਿ ਪੰਜਾਬ ਦੇ ਲੋਕਾਂ ਨੇ ਕਿਸੇ ਰਾਘਵ ਚੱਡੇ ਜਾਂ ਕੇਜਰੀਵਾਲ ਨੂੰ ਵੋਟਾਂ ਨਹੀਂ ਪਾਈਆਂ, ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੇ ਮੂੰਹ ਨੂੰ ਵੋਟਾਂ ਪਾਈਆਂ, ਪੰਜਾਬ ਦੇ ਲੋਕਾਂ ਨੇ MLAs ਦੇ ਮੂੰਹ ਨੂੰ ਵੋਟਾਂ ਪਾਈਆਂ। ਮੈਨੂੰ ਲੱਗਦਾ ਭਗਵੰਤ ਮਾਨ ਜੀ ਨੂੰ ਇਹ ਫਜ਼ੂਲ ਖਰਚੀ ਬੰਦ ਕਰਕੇ, ਜੇ ਆਪ ਕਰ ਰਹੇ ਤਾਂ ਬੜੀ ਮਾੜੀ ਗੱਲ ਹੈ, ਪਰ ਮੈਨੂੰ ਲੱਗਦਾ ਨੀ 1% ਚਾਂਸ ਹੀ ਆਪ ਕਰ ਰਹੇ ਹੈ, ਕਿਉਂਕਿ ਇੰਨੇ ਤਾਂ ਇੰਨਾ ਮਤਲਬ ਦਿੱਲੀ ਵਾਲਾ ਮਾਡਲ ਹੀ ਆ ਜਿਵੇਂ ਉੱਥੇ ਚੱਲਦਾ ਸੀ ਉੱਥੇ ਹੀ ਚੱਲਦਾ ਸੀ। ਕਲਕੱਤੇ ਦਾ ਹੁਣ ਭਗਵੰਤ ਮਾਨ ਜੀ ਐਡ ਦੇ ਰਹੇ ਹਨ, ਤੁਹਾਨੂੰ ਵੀ ਪਤਾ ਹੀ ਹੈ। ਤੇ ਜੇ ਦਿੱਲੀ ਵਾਲਾ ਤੋਂ ਚੀਜ਼ਾਂ ਬੰਦ ਕਰਾ ਕੇ ਕੰਟਰੋਲ ਆਪਦੇ ਹੱਥ ਚ ਲੈਣ, ਪੰਜਾਬ ਦੇ ਲੋਕ ਤੁਹਾਡੇ ਨਾਲ ਨੇ, ਤੁਹਾਨੂੰ ਵੀ ਵੋਟਾਂ ਪਾਈਆਂ ਨੇ, ਪਰ ਜੇ ਦਿੱਲੀ ਵਾਲਾ ਏਦਾਂ ਇਹ ਮਤਲਬ ਧੱਕਾ ਕਰਦੇ ਰਹੇ ਖਜ਼ਾਨੇ ਨਾਲ,
ਤੇ ਬਿਨਾਂ ਗੱਲ ਦੇ ਇਸ਼ਤਿਹਾਰਬਾਜ਼ੀ ਕਰਦੇ ਰਹੇ ਤੇ ਲੋਕ ਫਿਰ ਜਾਂਦਰ ਚੁੱਪ ਨਹੀਂ ਰਹਿਣਗੇ, ਲੋਕ ਵਿਰੋਧ ਕਰਨਗੇ ਜਿਹੜਾ ਤੁਹਾਨੂੰ ਪਸੰਦ ਨਹੀਂ। ਬਿਲਕੁਲ। ਤਾਂ ਗੋਇਲ ਸਾਹਿਬ, ਇੱਕ ਬੜਾ ਵੱਡਾ ਨਾਅਰਾ ਸੀਗਾ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਵੀ, ਦਿੱਲੀ ਦੇ ਵਿੱਚ ਵੀ, ਕੱਟੜ ਇਮਾਨਦਾਰੀ ਨੂੰ ਲੈ ਕੇ। ਕੱਟੜ ਇਮਾਨਦਾਰ ਲੀਡਰ ਤਾਂ ਆਪਣੇ ਆਪ ਨੂੰ ਪਾਰਟੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੱਸਦੀ ਰਹੀ ਹੈ, ਅਤੇ ਭਗਵੰਤ ਮਾਨ ਹੋਣੀ ਅਤੇ ਕੇਜਰੀਵਾਲ ਵੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਉਹ ਤਾਂ ਆਪਣੇ ਲੀਡਰਾਂ ਨੂੰ ਦੱਸਦੇ ਰਹੇ ਨੇ। ਪਰ ਹੁਣ ਬੀਤੇ ਦਿਨਾਂ ਦੇ ਵਿੱਚ ਇੱਕ ਵਿਜੀਲੈਂਸ ਦੇ ਵੱਲੋਂ ਜਿਹੜਾ ਹੈ ਉਹ ਬਠਿੰਡਾ ਦਿਹਾਤੀ ਤੋਂ ਜਿਹੜੇ MLA ਸੀਗੇ ਅਮਿਤ ਰਤਨ, ਉਹਨਾਂ ਦੇ PA ਨੂੰ ਫੜਿਆ ਗਿਆ ਸੀ। ਅਤੇ ਹਾਲਾਂਕਿ ਪਹਿਲਾਂ ਤਾਂ ਉਹਦੇ ਵਿੱਚ ਮੁਕਰਮਾ ਕਰ ਗਏ, ਕਹਿੰਦੇ ਵੀ ਇਹ ਮੇਰਾ PA ਹੀ ਨਹੀਂ ਹੈਗਾ। ਬਾਅਦ ਦੇ ਵਿੱਚ FIR ਦੇ ਵਿੱਚੋਂ ਇਹ ਗੱਲ ਸਾਫ਼ ਹੋ ਗਈ, ਪਹਿਲਾਂ ਪੰਜਾਬ ਸਰਕਾਰ ਦੇ ਪੇਜ ਤੋਂ ਪਾਤਾ ਪੰਜਾਬ ਗਵਰਨਮੈਂਟ ਦੇ ਕਿ ਕੋਈ ਪ੍ਰਾਈਵੇਟ ਬੰਦਾ। ਬਾਅਦ ਦੇ ਵਿੱਚ ਜਿਹੜੀ FIR ਹੋਈ ਉਹਦੇ ਵਿੱਚ ਆਇਆ ਕਿ ਨਹੀਂ ਵੀ ਇਹ ਤਾਂ ਪ੍ਰਾਈਵੇਟ PA ਆ MLA ਸਾਹਿਬ ਦਾ। ਅਤੇ ਉਸ ਮਾਮਲੇ ਦੀ ਕੀ ਕੁਝ ਸਟੇਟਸ ਆ ਜੀ, ਕੀ ਕੁਝ ਹੁਣ ਤੱਕ ਜਿਹੜਾ ਉਹਦੇ ਵਿੱਚ ਹੈਗਾ? ਅਤੇ ਇੱਕ ਨਾਲ ਹੀ ਜਿਹੜਾ ਇੱਕ ਹੋਰ ਮਸਲਾ ਜੁੜਿਆ ਹੋਇਆ, ਜਿਵੇਂ ਦਿੱਲੀ ਦੀ ਲਿਕਰ ਪਾਲਿਸੀ ਦਾ ਹੋਵੇ, ਅਤੇ ਨਾਲ ਹੀ ਜਿਹੜਾ ਅੱਜ ਜਿਹੜੀ ਇੱਕ ਖਬਰ ਸਾਹਮਣੇ ਆਈ ਹੈ ਕਿ ਜਾਸੂਸੀ ਦੇ ਮਾਮਲੇ ਦੇ ਵਿੱਚ ਜਿਹੜਾ ਉਹ CBI ਜਾਂਚ ਕਰਨ ਜਾ ਰਹੀ ਹੈ, ਕੇਂਦਰ ਸਰਕਾਰ ਦੇ ਵੱਲੋਂ ਆਰਡਰ ਪਾਸ ਹੋ ਗਏ। ਕਿਵੇਂ ਦੇਖਦੇ ਹੋ ਨਾ ਸਾਰੀਆਂ ਗੱਲਾਂ ਨੂੰ? ਇਹ ਮਸਲਾ ਤੁਸੀਂ ਬੜੇ ਪਿਛਲੇ ਦਿਨਾਂ ਦੇ ਵਿੱਚ ਉਭਾਰਦੇ ਰਹੇ ਹੋ, ਜਾਸੂਸੀ ਵਾਲਾ, ਜਿਹੜਾ ਕਿ ਜਾਸੂਸੀ ਤੁਸੀਂ ਦੱਸਦੇ ਸੀ ਕਿ ਜਿਹੜੇ ਤੁਹਾਡੇ ਟਵੀਟ ਮੈਂ ਪੜ੍ਹੇ ਨੇ ਪਿਛਲੇ ਦਿਨਾਂ ਦੇ ਵਿੱਚ ਕਿ ਪੰਜਾਬ ਦੇ ਪੱਤਰਕਾਰਾਂ ਦੀ ਵੀ ਜਾਸੂਸੀ ਹੋ ਰਹੀ ਆ, ਕਿਵੇਂ ਦੇਖਦੇ ਹੋ ਮਸਲੇ ਨੂੰ ਸਾਰੇ ਨੂੰ? ਦੇਖੋ ਜੀ, ਆਪਾਂ ਇੱਕ ਇੱਕ ਕਰਕੇ ਗੱਲ ਕਰਦੇ ਹਾਂ। ਪਹਿਲਾਂ ਆਪਾਂ ਗੱਲ ਕਰਦੇ ਹਾਂ ਮਿੱਤਰ ਰਤਨਾ ਦੀ। ਇਹਦੇ 'ਚ ਸਰਕਾਰ ਦਾ ਸਾਫ਼ ਪਤਾ ਲੱਗ ਗਿਆ ਕਿ ਸਰਕਾਰ ਇਹ ਕੋਈ ਕੱਟੜ ਇਮਾਨਦਾਰ ਨਹੀਂ, ਬਲਕਿ ਕੱਟੜ ਬੇਈਮਾਨ ਸਰਕਾਰ ਹੈ। ਉਹਦਾ ਕਾਰਨ ਕੀ ਹੈ? ਤੇ ਨਾਲੇ ਇਹਦੇ 'ਚ ਭਗਵੰਤ ਮਾਨ ਜੀ ਤੇ ਜਿਹੜੇ ਆਪਣੇ ਰਾਘਵ ਚੱਡਾ ਜੀ ਨੇ, ਉਹਨਾਂ ਦੇ ਵਿਚਾਲੇ ਜਿਹੜੀ ਦੋ ਫਾੜ ਹੈਗੀ, ਜਿਹੜਾ ਉਹਨਾਂ ਦਾ ਰਿਲੇਸ਼ਨ ਹੈਗਾ, ਉਹ ਸਾਰੇ ਸਾਹਮਣੇ ਪਤਾ ਲੱਗ ਗਿਆ ਵੀ ਕਿਵੇਂ ਉਹਨਾਂ ਦੀ ਇੱਕ ਤਰੀਕੇ ਦੀ ਖਾਨਾ ਜੰਗੀ ਅੰਦਰੋਂ ਅੰਦਰੋਂ ਗਤੀ ਚੱਲਦੀ ਪਈ ਹੈ। ਵਿਜੀਲੈਂਸ ਨੇ ਪਿਛਲੇ ਕਾਫੀ ਟਾਈਮ ਤੋਂ ਇਹ ਚੀਜ਼ਾਂ ਨੂੰ ਟਰੇਸ ਕਰਦੀ ਪਈ ਸੀ। ਅਮਿਤ ਰਤਨ ਜੀ ਜਿਹੜੇ ਉਹਨਾਂ ਦਾ ਜਿਹੜਾ ਪ੍ਰਾਈਵੇਟ PA, ਸਭ ਨੂੰ ਪਤਾ ਜਿਹੜੇ ਰਾਜਨੀਤੀ 'ਚ ਬਾਹਰ ਰੱਖਦੇ ਵੀ ਇੱਕ ਜਿਹੜਾ ਮੰਤਰੀ ਹੈ ਜਾਂ ਕੋਈ ਉਹਦਾ ਪ੍ਰਾਈਵੇਟ OSD ਹੁੰਦਾ, ਇੱਕ ਜਿਹੜਾ MLA ਹੁੰਦਾ ਪ੍ਰਾਈਵੇਟ PA ਹੁੰਦਾ, ਇੱਕ ਸਰਕਾਰੀ ਹੁੰਦਾ। ਪ੍ਰਾਈਵੇਟ PA ਜ਼ਿਆਦਾਤਰ ਪੈਸੇ ਇਕੱਠੇ ਕਰਨ ਨੂੰ ਰੱਖੇ ਜਾਂਦੇ, ਪ੍ਰਾਈਵੇਟ OSD ਜ਼ਿਆਦਾਤਰ ਪੈਸੇ ਇਕੱਠੇ ਕਰਨ ਨੂੰ ਹੁੰਦੇ। ਤੇ ਉਹ ਹੁਣ ਪ੍ਰਾਈਵੇਟ OSD ਹੈ, ਤੇ ਹੋਇਆ ਕੀ? ਵਿਜੀਲੈਂਸ ਟਰੇਸ ਕਰਦੀ ਪਈ ਸੀ, 24 ਘੰਟੇ ਨਾਲ ਹੁੰਦਾ ਸੀ ਬੰਦਾ ਇਹ। ਜਿਹੜਾ ਸਰਪੰਚ ਸੀਗਾ ਉਹਨੂੰ ਇਹਨਾਂ ਨੇ ਕਿਹਾ ਵੀ ਗ੍ਰਾਂਟ, ਹੁਣ ਇਹਨਾਂ ਨੇ ਸਾਰੇ ਪੰਜਾਬ 'ਚ ਰੋਕ ਰੱਖੀ ਹੈ। ਮੈਨੂੰ ਤਾਂ ਲੱਗਦਾ ਸਾਰੇ ਪੰਜਾਬ 'ਚ ਇੱਦਾਂ ਕਰਦੇ ਹੋਣੇ ਨਾ। ਕਈ ਮੈਂ ਇੱਕ ਦੋ ਸ਼ਿਕਾਇਤਾਂ ਹੋਰ ਵੀ ਕਈ ਦੱਸਿਆ ਲੋਕਾਂ ਨੇ ਦੱਸੀਆਂ ਨੇਗੀਆਂ ਵੀ ਇੱਦਾਂ ਚੱਲਦਾ ਪਿਆ ਕੰਮ, ਗ੍ਰਾਂਟਾਂ ਰੋਕਦੀਆਂ ਸਾਰੇ ਬਿਲਕੁਲ। ਪੰਜਾਬ ਗ੍ਰਾਂਟਾਂ ਰੋਕਣ ਦੀ ਜਿਹੜੀ ਸੂਚਨਾ ਸਾਡੇ ਕੋਲ ਵੀ ਹੈਗੀ ਆ ਮਾਨਕ ਸਾਹਿਬ, ਕਿ ਗ੍ਰਾਂਟਾਂ ਜਿਹੜੀਆਂ ਨੇ ਵਾਕਏ ਦੇ ਵਿੱਚ ਜ਼ਿਆਦਾਤਰ ਪਿੰਡਾਂ ਦੀਆਂ ਰੋਕੀਆਂ ਗਈਆਂ ਹੋਈਆਂ ਨੇ ਇਸ ਟਾਈਮ। ਗ੍ਰਾਂਟਾਂ ਰੋਕਣ ਦਾ ਕਾਰਨ ਇਹੀ ਹੈ ਵੀ ਹੁਣ ਉਹਨੇ ਕੀ ਕਿਹਾ, ਉਹਦੀ ਤੁਸੀਂ ਭਾਸ਼ਾ ਸਮਝਣ ਵਾਲੀ ਹੈਗੀ MLA ਦੀ। ਉਹਦੇ 'ਚ ਉਹਨੇ ਕਿਹਾ ਵੀ ਪੰਜ ਸਾਨੂੰ 5 ਲੱਖ ਰੁਪਏ ਚਾਹੀਦਾ 25 ਲੱਖ ਦੀ ਗ੍ਰਾਂਟ ਮਗਰ, ਮਤਲਬ ਕਿ 20% ਦੇ ਕਮਿਸ਼ਨ। ਉਹ ਕਹਿੰਦੇ ਵੀ ਜੇ ਨਹੀਂ ਫਿਰ ਵੱਡੇ ਘਰ ਵਾਲੇ ਜਿੱਤ ਜਾਣਗੇ, ਅਸੀਂ ਪੈਸੇ ਭੇਜਣੇ। ਹੁਣ ਵੱਡੇ ਘਰ ਵਾਲੇ ਕਿਹੜੇ ਆ? ਵੱਡੇ ਘਰ ਵਾਲੇ ਤਾਂ ਆਪਾਂ ਨੂੰ ਵੀ ਪਤਾ ਵੋਟਾਂ 'ਚ ਕਿਹੜੇ ਅਕਾਲੀ ਕਾਂਗਰਸੀ ਖੜੇ ਹੋਣਗੇ, ਉਹਨਾਂ ਨੂੰ ਹੀ ਕਹਿੰਦੇ ਹੋਣੇ। ਤੇ ਪੈਸੇ ਕਿਹਨੂੰ ਭੇਜਣੇ? ਹੁਣ ਇਹ MLA ਸਾਹਿਬ ਹੀ ਦੱਸ ਸਕਦੇ ਆ ਵੀ ਵੋਟਾਂ ਦਾ ਜਿਹੜੀ ਅੱਗੇ ਬਾਈ ਇਲੈਕਸ਼ਨ ਆਉਂਦੀਆਂ ਪਈਆਂ ਉਹਦੇ ਬਾਰੇ ਦੱਸਿਆ ਜਾ ਰਿਹਾ ਵੀ ਜਿਹੜੀ ਜਿਹੜੀਆਂ ਜਿਹੜੇ ਪੈਸੇ ਇਕੱਠੇ ਕਰਨੇ ਤੇ ਉਹਨਾਂ ਨੂੰ ਭੇਜਦੇ ਆ। ਇਹ ਵੀ ਪੋਸੀਬਿਲਿਟੀ ਹੈ ਵੀ ਜਿਹੜੀ ਹਾਈ ਕਮਾਂਡ ਹੈ ਉਹਨਾਂ ਨੇ ਡਿਊਟੀ ਲਾਈ ਹੋਵੇ ਸਾਰਿਆਂ ਦੀ, ਕਿਉਂਕਿ MLA ਹੁਣ ਆਪ ਤਾਂ ਬੰਦ ਕਰਾ ਨਹੀਂ ਸਕਦੇ ਗ੍ਰਾਂਟਾਂ। ਜੀ ਜਿਹਨੇ ਗ੍ਰਾਂਟ ਕਰਾਉਣੀ ਹੈ 20% ਉਹਦਾ ਕਮਿਸ਼ਨ ਦਿਓ, ਜੇ 8 ਲੱਖ ਹੈ ਤਾਂ 1.5 ਲੱਖ, ਜੇ 25 ਲੱਖ ਹੈ ਤਾਂ 5 ਲੱਖ। ਇਹੀ ਇਸੇ ਤਰੀਕੇ ਬੜੇ ਬੇਸ਼ਰਮੀ ਦੇ ਨਾਲ MLA ਉਸ ਜਿਹੜਾ ਉਹਨੇ ਆਡੀਓ ਜਾਰੀ ਕੀਤੀ ਹੈਗੀ ਆਪਣੇ ਸਰਪੰਚ ਨੇ, ਉਹਦੇ 'ਚ ਕਹਿ ਰਹੇ ਵੀ MLA ਦੀ ਵੋਇਸ ਹੈ ਇਹ, ਤੇ ਉਹ 'ਚ ਬੜੀ ਬੇਸ਼ਰਮੀ ਨਾਲ MLA ਪੈਸੇ ਮੰਗਦਾ ਪਿਆ, ਤੂੰ ਸਾਨੂੰ 1 ਲੱਖ ਅੱਜ ਦੇ ਜਾ, 2 ਲੱਖ ਅੱਜ ਦੇ ਜਾ, ਪਤਾ ਤਾਂ 5 ਲੱਖ ਤੋਂ ਬਿਨਾਂ ਡਰਦਾ ਨਹੀਂ। ਮਤਲਬ ਇੰਨੀ ਬੇਸ਼ਰਮੀ, ਇਹ ਇੰਨੀ ਭੁੱਖ ਮੈਂ ਤੇ ਕਦੇ ਦੇਖੀ ਨਹੀਂ। ਪਰ ਮਾਨਕ ਸਾਹਿਬ ਉਹ ਤਾਂ ਕਹਿੰਦੇ ਕਿ ਆਵਾਜ਼ ਜਿਹੜੀ ਆ ਉਹ ਮੇਰੀ ਹੈ ਹੀ ਨਹੀਂ, ਇਹ ਆਵਾਜ਼ ਜਿਹੜੀ ਤੁਸੀਂ ਜਿਹੜੀ ਆਵਾਜ਼ ਦੀ ਗੱਲ ਕਰ ਰਹੇ ਹੋ। ਨਹੀਂ ਦੇਖੋ ਉਹ ਤਾਂ ਇਹ ਵੀ ਕਹਿ ਰਹੇ ਕਿ ਵੀ ਜਿਹੜਾ PA ਮੈਨੂੰ ਜਾਣਦਾ ਨੀਗਾ, ਵੋਇਸ ਜਿਹੜਾ ਕਲੇਮ ਕੀਤਾ ਸਰਪੰਚ ਨੇ ਕੀਤਾ ਵੀ ਉਹੀ ਹੈ, ਪਰ ਜੇ ਤੁਸੀਂ ਉਹਨੂੰ ਆਪ ਵੀ ਸੁਣੋਗੇ ਨਾ ਅਮਿਤ ਰਤਨ ਜੀ ਦੀ ਆਵਾਜ਼, ਤੁਸੀਂ ਪਹਿਲਾਂ ਸੁਣ ਲਓ ਤੇ ਬਾਅਦ 'ਚ ਆਡੀਓ ਸੁਣ ਲਓ, ਸਾਫ਼ ਪਤਾ ਲੱਗਦਾ। ਬਾਅਦ 'ਚ ਉਹਦਾ ਪਰਸਨਲ ਨੰਬਰ ਵੀ ਦਿੰਦੇ ਕਿ ਆਹ ਨੰਬਰ ਮੇਰਾ ਤੇ ਮੈਨੂੰ ਇਹ 'ਤੇ ਕਾਲ ਕਰ ਤੇ ਤੈਨੂੰ ਮੈਂ ਆਪੇ ਰਿਪਲਾਈ ਕਰੂੰਗਾ। ਫਿਰ ਉਹਦਾ ਵੀ ਪਤਾ ਲੱਗਦਾ ਵੀ ਕਿੱਦਾਂ ਜਿਹੜੀ ਆ ਉਹ ਗੱਲ ਸਾਰੀ, ਉਹਦੇ 'ਚ ਸਾਫ਼ ਪਤਾ ਲੱਗਦਾ ਵੀ MLA ਹੈ। ਬਾਕੀ ਇਹਦੇ 'ਚ ਬੋਇਸ ਦੇ ਸੈਂਪਲ ਟੈਸਟ ਹੋ ਜਾਂਦੇ, ਸਾਰਾ ਕੁਛ ਹੋ ਜਾਂਦਾ। ਜੇ ਸਰਕਾਰ 'ਚ ਆਵੇ ਤਾਂ ਬੜਾ ਕਲੀਅਰ ਕੱਟ ਤੁਹਾਨੂੰ ਕੰਨਾਂ ਨਾਲ ਵੀ ਪਤਾ ਲੱਗਦਾ। ਉਹ ਬਾਕੀ ਉਹ ਜਦੋਂ ਕਹਿੰਦੇ ਸੀਗੇ ਵੀ ਝੂਠ ਦਾ, ਤੇ ਉਹਨਾਂ ਦਾ ਉੱਥੇ ਪਤਾ ਲੱਗਦਾ ਵੀ ਜਦੋਂ ਕਹਿੰਦੇ ਸੀ ਵੀ ਅਮਿਤ ਰਤਨ ਮੈਨੂੰ ਜਾਣਦਾ ਹੀ ਨਹੀਂ, ਜਦੋਂ ਕਿ ਉਹ ਸਾਰਾ ਕੁਛ ਕਲੀਅਰ ਹੋ ਗਿਆ ਵੀ ਅਮਿਤ ਰਤਨ ਉਹਨਾਂ ਦਾ ਕਲਾਸਮੇਟ ਹੈ,
ਸ਼ੁਰੂ ਤੋਂ ਉਹਨਾਂ ਦੇ ਨਾਲ ਰਹਿੰਦਾ, ਜਿਹੜੇ ਉੱਥੋਂ ਦੇ ਲੋਕ ਨੇ ਰਸ਼ਮ ਉਹ ਤਾਂ ਰਸ਼ਮ ਬੜੇ ਦੀ ਸ਼ਾਨ ਗੱਲ ਵਾਲੇ ਕਰ ਰਹੇ ਹੋ ਸੀ। ਮੇਰੇ ਖਿਆਲ ਦੇ ਵਿੱਚ ਜਿਹੜੇ ਉਹਨਾਂ ਦੇ ਪੀਏ ਦੀ ਉਹ ਗੱਲ ਕਰ ਸੌਰੀ ਰਹੇ ਹੋ। ਸੌਰੀ ਹਾਂ ਜਿਹੜਾ ਅਮਿਤ ਗਰਗ ਜੀ ਦਾ ਅਮਿਤ ਰਤਨ ਜੀ ਦਾ ਪੀਏ ਹੈ ਜਿਹੜਾ ਰਸ਼ਮ ਗਰਗ, ਰਸ਼ਮ ਗਰਗ ਦਾ ਰਸ਼ਮ ਗਰਗ ਉਹਨਾਂ ਦਾ ਕਲਾਸਮੇਟ ਹੈ ਉਹ, ਤੇ ਵੋਟਾਂ 'ਚ ਵੀ ਨਾਲ ਸੀਗਾ ਤੇ ਉਹਨਾਂ ਦੇ ਨਾਲ ਜਿਹੜਾ ਉਹ ਤੋਂ ਬਾਅਦ ਹੋਰ ਵੀ ਬੜੇ ਸ਼ਿਕਾਇਤਾਂ ਨੇ ਕਿ ਇਹ ਇਹੀ ਲੈਣ ਦੇਣ ਕਰਦਾ ਬੰਦਾ, ਇਹ ਸਾਰਾ ਜਾਂਚ ਦਾ ਵਿਸ਼ਾ ਹੈ। ਤੇ ਉਹ ਹੁਣ ਸਾਰਾ ਕੁਝ ਸਾਹਮਣੇ ਹੈ, ਦੇਖੋ ਵਿਜੀਲੈਂਸ ਨੇ ਤਾਂ ਸਾਰਾ ਕੁਝ ਦੇਖ ਕੇ ਟਰੈਪ ਲਾ ਕੇ ਸਾਰਾ ਕੁਝ ਕਿ ਕਿਸ ਤਰੀਕੇ ਉਹਦੇ 'ਚ ਇਨਵੋਲਵ ਸੀਗਾ MLA, ਕਿਸ ਤਰੀਕੇ ਉਹ PA ਇਨਵੋਲਵ ਸੀਗਾ, ਉਹ ਸਾਰਾ ਕੁਝ ਮੋਨੀਟਰ ਕਰਦੇ ਪਏ ਸੀ ਹਨਾ। ਤੇ ਉਸ ਤੋਂ ਬਾਅਦ ਕੀ ਹੋਇਆ, ਫਿਰ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪੋਸਟ ਪਾ ਕੇ ਆਪਣਾ ਪੇਜ ਤੇ ਸਰਕਾਰ ਦੇ ਕੇ ਪ੍ਰਾਈਵੇਟ ਬੰਦਾ ਸੀਗਾ, ਰਾਘਵ ਚੱਡਾ ਜੀ ਦੀ ਇਨਵੋਲਵਮੈਂਟ ਹੋ ਗਈ ਮਤਲਬ ਹਨਾ ਕਹਿੰਦੇ। ਤੇ ਇਸ ਤੋਂ ਸਾਫ਼ ਪਤਾ ਲੱਗ ਗਿਆ ਵੀ ਭਗਵੰਤ ਮਾਨ ਜੀ ਤੇ ਰਾਘਵ ਚੱਡਾ ਜੀ ਦਾ ਜਿਹੜਾ ਸਿਸਟਮ ਉਹ ਕਾਫੀ ਵਧਿਆ ਹੋਇਆ ਲੜਾਈ ਹਨਾ ਇੰਟਰਨਲ। ਤੇ ਹੁਣ ਦੇਖੋ ਜੀ ਸਰਕਾਰ 'ਚ ਮਾੜੀ ਮੋਟੀ ਵੀ ਸ਼ਰਮ ਹੈਗੀ ਹੈ, ਤੇ ਰਸ਼ਮ ਗਰਗ ਦੇ ਨਾਲ ਏਦਾਂ ਕਰੀ ਜਾਣ, ਉਹ ਫੜ ਲਿਆ ਜਾਂਚ ਕਰਦਾ, ਜਾਂਚ ਕੀ ਕਰਨੀ, ਸਾਰਾ ਕੁਛ ਕ੍ਰਿਸਟਲ ਕਲੀਅਰ ਹੈ, MLA ਨੂੰ ਫੜੋ, ਉਹਨੂੰ ਅਰੈਸਟ ਕਰੋ, ਪਰਚਾ ਦਿਓ ਤੇ ਕਰਪਸ਼ਨ ਦਾ, ਤੇ ਉਹਨੂੰ ਅੰਦਰ ਦਿਓ, ਤੇ ਫੇਰ ਹੀ ਗੱਲ ਬੰਨੇ, ਫੇਰ ਪਤਾ ਲੱਗੂ ਵੀ ਕੱਟੜ ਇਮਾਨਦਾਰ ਹੈ। ਸਾਹਮਣੇ ਤਾਂ ਬੈਠਾ ਸੀ, ਸਾਹਮਣੇ ਉਹਦੇ ਸਾਹਮਣੇ ਉਹ ਕਹਿੰਦਾ ਪਿਆ ਵਿਜੀਲੈਂਸ ਵਾਲਿਆਂ ਨੂੰ ਕਿ ਚੰਗੀ ਗੱਲ ਨਹੀਂ ਰਸ਼ਮ ਗਰਗ ਨਾਲ ਚੰਗੇ ਤਰੀਕੇ ਨਾਲ ਗੱਲ ਕਰੋ, ਉਹਦਾ ਫੋਨ ਖੋਇਆ, ਕਹਿੰਦੇ ਏਦਾਂ ਨਹੀਂ ਕਰਨਾ ਕਾਕਾ, ਫਿਰ ਜਾਣਦਾ ਕਿਵੇਂ, ਸਾਫ਼ ਹੀ ਉਹਦਾ ਲੱਗਦਾ ਵੀ ਇਨਵਾਇਰਮੈਂਟ ਹੈਗੀ ਸੀ। ਇਹ ਤਾਂ ਲੋਕਾਂ ਨੂੰ ਮੂਰਖ ਬਣਾਉਂਦੇ ਪਏ ਆ। ਬਾਕੀ ਦੇਖੋ ਆਪੋਜੀਸ਼ਨ ਨੂੰ, ਜੇ ਆਪੋਜੀਸ਼ਨ ਸੁਣਦੀ ਹੈ, ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਬਾਕੀ ਮੁੱਦੇ ਵੀ ਹੈਗੇ ਆ, ਪਰ ਇਹ ਮੁੱਦਾ ਵੀ ਚੰਗੇ ਤਰੀਕੇ ਨਾਲ ਚੱਕਿਆ ਜਾਵੇ, ਬਹੁਤ ਪ੍ਰੈਪਰੇਸ਼ਨ ਕਰਕੇ, ਤੇ ਉਹਦੇ ਬਾਰੇ ਸਾਰਾ ਕੁਛ ਜਿਹੜਾ ਕੁਛ ਵੀ ਪੋਸੀਬਲ ਹੈਗਾ ਮਤਾ ਲਿਆਂਦਾ ਜਾਵੇ, ਜਾਂ ਜਿੱਦਾਂ ਇਹ ਸਰਾਰੀਆਂ ਦਾ ਕੀਤਾ ਸੀਗਾ, ਕਿਉਂਕਿ ਇਹ ਕਰਪਸ਼ਨ ਕਰਪਸ਼ਨ ਕਰਦੇ ਆ ਬਹੁਤ, ਹੋਰ MLA ਵੀ ਕਰਦੇ ਪਏ ਆ, ਤੇ ਇਹਨਾਂ ਦੇ ਪੂਰੀ ਸਟੇਟਮੈਂਟ ਚੱਲਦੀ ਪਈ ਹੈ ਕਰਪਸ਼ਨ। ਇਹ ਜਿਹੜੇ ਫੜੇ ਜਾਂਦੇ ਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ, ਜਿਹੜੇ ਨਹੀਂ ਫੜੇ ਜਾਂਦੇ ਉਹਨਾਂ ਨੂੰ ਤੇ ਕੀ ਫੜਨਾ ਇਹਨਾਂ ਨੇ, ਇਹ ਤਾਂ ਆਮ ਇੱਧਰੋਂ ਫੜ ਲਿਆ ਉੱਧਰੋਂ ਫੜ ਲਿਆ, ਬਰਾਊਨਿੰਗ ਪੁਆਇੰਟਸ ਇਕੱਠੇ ਕਰਦੇ ਆ, ਪਰ ਜਿਹੜੇ ਆਪਦੇ ਬੰਦੇ ਇਹਨਾਂ ਦੇ ਸਾਰੇ ਕੀਤੇ ਆ। ਹਰੇਕ ਜਿਹੜੇ ਕੰਮ ਸੀਗੇ ਪਹਿਲਾਂ, ਮੰਨ ਲਓ ਰਜਿਸਟਰੀ ਕੋਈ 5,000 ਦੀ ਹੁੰਦੀ ਸੀ, ਹੁਣ ਅਗਲਾ ਕਹਿੰਦਾ 20-25,000 ਲੱਗਦਾ ਜੀ NOC ਦੇ ਨਾਂ ਤੇ, ਮਤਲਬ ਪੈਸੇ ਇਕੱਠੇ ਕਰੀ ਜਾਂਦੇ ਵਿੱਚ ਇਹਨਾਂ ਦੇ ਬੰਦੇ ਪਾਏ ਹੋਏ ਆ। ਬੁਰਾ ਹਾਲ ਹੈ ਕਰਪਸ਼ਨ ਕੀ ਲੱਗਦਾ ਕਿ ਗਰਾਊਂਡ ਲੈਵਲ ਤੇ ਸਿਸਟਮ ਉਹੋ ਜਿਹਾ ਹੀ ਹੈ ਜਿਹੋ ਜਿਹਾ ਪਿਛਲੀ ਸਰਕਾਰਾਂ ਦੇ ਵਿੱਚ ਸੀਗਾ ਗੋਲ ਸਾਹਿਬ? ਗਰਾਊਂਡ ਲੈਵਲ ਤੇ ਸਿਸਟਮ ਵਰਸਟ ਹੈ ਜੀ, ਪਹਿਲਾਂ ਨਾਲੋਂ ਡਰਾ ਡਰਾ ਕੇ ਲੋਕਾਂ ਨੂੰ ਡਰ ਦੇ ਨਾਂ ਤੇ ਵੱਧ ਪੈਸੇ ਲਏ ਜਾ ਰਹੇ ਆ। ਹਰੇਕ ਬਾਬੂ ਕਹਿ ਦਿੰਦਾ ਜੀ ਕੰਮ ਪੈਸੇ ਤਾਂ ਹੋਣਾ ਨੀ, ਪੈਸੇ ਨਾਲ ਹੀ ਹੋਊਗਾ, ਪਰ ਜੇ ਪੈਸੇ ਲੈਣਗੇ ਵਿੱਚ ਇਹਨਾਂ ਦੇ ਬੰਦੇ ਆ। ਜਿਹੜਾ ਕੰਮ ਦੱਸਿਆ ਵੀ ਪਹਿਲਾਂ 5,000 ਰਜਿਸਟਰੀ ਹੁੰਦੀ ਸੀਗੀ, 5,000 ਰਿਸ਼ਵਤ ਚੱਲਦੀ ਸੀਗੀ, ਮੈਨੂੰ ਕਹਿਣ 'ਚ ਕੋਈ ਸੰਗ ਨਹੀਂ, ਇੱਥੇ ਜਿਹੜੇ ਹੈਗੇ ਸੀਗੇ ਸਾਰੇ ਬੰਦੇ ਲੈਂਦੇ ਸੀਗੇ, ਤੇ ਉਹ ਜਦੋਂ ਤੁਸੀਂ ਰਜਿਸਟਰੀ ਕਰਾ ਜਾਂਦੇ ਸੀ, ਹੁਣ ਉਹ 20-25,000 ਰੁਪਏ ਲੱਗਦਾ ਹੈਗਾ, ਤੇ ਉਹ ਘਟੀ ਨਹੀਂ, ਕਰਪਸ਼ਨ ਵਧੀ ਹੈ। ਤੇ ਉਹ ਜਿਹੜੀ ਇਹਨਾਂ ਦੀ ਐਂਟੀ ਕਰਪਸ਼ਨ ਡਰਾਮਾ ਲਾਈਨ ਸੀ ਉਹ ਬੰਦ ਪਈ ਹੈ, ਤੁਸੀਂ ਕੋਈ ਵੀ ਵੀਡੀਓ ਭੇਜ ਦਿਓ ਤੇ ਕੋਈ ਐਕਸ਼ਨ ਨਹੀਂ, ਕੁਛ ਨਹੀਂ। ਉਹ ਦੈਟਸ ਆਈ ਵਾਸ ਸੀ ਇੱਕ, ਸਿਰਫ ਇਹਨਾਂ ਨੇ PR ਕਰਨੀ ਸੀ, ਉਹਦੀ ਮਸ਼ਹੂਰੀ ਕਰਨੀ ਸੀ, ਹੋਰ ਕੁਛ ਨਹੀਂ। ਤੇ ਨਾਲ ਹੀ ਇੱਕ ਜਿਹੜਾ ਜਸੂਸੀ ਦਾ ਮਾਮਲਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਟਵੀਟ ਵਗੈਰਾ ਕਰਦੇ ਰਹੇ, ਉਹਦੇ 'ਚ ਅੱਜ ਇੱਕ ਜਿਹੜਾ ਮਨੀਸ਼ ਸਿਸੋਦੀਆ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਨੇ, ਉਹਨਾਂ ਦੇ ਖਿਲਾਫ਼ ਕੇਂਦਰ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ, ਕਹਿੰਦੇ ਕਿ CBI ਨੂੰ ਵੀ ਭਾਈ ਤੁਸੀਂ ਹਾਂ ਕਾਰਵਾਈ ਕਰੋ, ਇਹਦੇ 'ਚ ਜਾਂਚ ਕਰੋ ਜਾਂ ਜੋ ਵੀ। ਕੀ ਮਸਲਾ ਸੀਗਾ ਉਹ, ਇੱਕ ਵਾਰ ਮੇਰੇ ਖਿਆਲ ਦੇ ਵਿੱਚ ਖੋਲ੍ਹ ਕੇ, ਜਿਹੜਾ ਤੁਸੀਂ ਮੇਰੇ ਖਿਆਲ ਦੇ ਵਿੱਚ ਉਸ ਮਸਲੇ ਤੋਂ ਚੰਗੀ ਤਰ੍ਹਾਂ ਜਾਣੂ ਹੋਵੋਗੇ, ਕੀ ਮਸਲਾ ਸੀ ਉਹਦੇ ਨੂੰ ਇੱਕ ਵਾਰ ਕਿਵੇਂ ਦੇਖਦੇ ਹੋ, ਅਤੇ ਕੀ ਮਸਲਾ ਸੀ ਸਾਰਾ ਉਹ ਸਮਝਾ ਦਿਓ ਇੱਕ ਵਾਰ ਸਾਨੂੰ ਅਤੇ ਸਾਡੇ ਦਰਸ਼ਕਾਂ ਨੂੰ ਵੀ। ਜਦੋਂ ਇਹਨਾਂ ਦੀ ਦੂਜੀ ਵਾਰ ਸਰਕਾਰ ਬਣੀ ਹੈਗੀ, ਉਦੋਂ ਮਤਲਬ ਉਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਇੱਕ ਫੀਡਬੈਕ ਯੂਨਿਟ ਬਣਾਈ, ਜਿਹਦੇ 'ਚ ਅਫਸਰ ਭਰਤੀ ਕੀਤੇ ਅਲੱਗ ਤੋਂ, ਅਤੇ ਉਹਨਾਂ ਦਾ ਕਹਿਣਾ ਸੀਗਾ, ਕਿਹਾ ਗਿਆ ਕਿ ਅਸੀਂ ਫੀਡਬੈਕ ਯੂਨਿਟ ਨਾਲ ਜਿਹੜੇ ਅਫਸਰ ਨੇਗੇ ਜਾਂ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਧਿਆਨ ਰੱਖਿਆ ਕੋਈ ਰਿਸ਼ਵਤ ਨਹੀਂ ਲੈਣਾ। ਪਰ CBI ਦਾ ਕਹਿਣਾ ਵੀ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਜਿਹੜੇ 60% ਕੇਸਾਂ ਦੇ ਵਿੱਚ, 60-70% ਕੇਸਾਂ ਦੇ ਵਿੱਚ ਇਹਨਾਂ ਨੇ ਜਿਹੜਾ ਕੰਮ ਸੀ ਉਹ ਤਾਂ ਕੀਤਾ ਨਹੀਂ, ਪਰ ਜਿਹੜੇ ਪੋਲੀਟੀਕਲ ਬੰਦੇ ਸੀਗੇ, ਪੋਲੀਟੀਕਲ ਐਂਟੀਟੀਜ਼ ਨੇ, ਪਾਰਟੀਆਂ ਸੀਗੀਆਂ, ਉਹਨਾਂ ਦੀ ਜਸੂਸੀ ਕੀਤੀ ਹਰ ਤਰ੍ਹਾਂ ਦੇ ਨਾਲ। ਉਹ ਜਿਹੜੇ ਬੰਦੇ ਉਹ ਵੀ ਡਾਇਰੈਕਟ ਮਨੀਸ਼ ਸਿਸੋਦੀਆ ਨੂੰ ਰਿਪੋਰਟ ਕਰਦੇ ਸੀਗੇ, ਵਿਜੀਲੈਂਸ ਨੂੰ ਰਿਪੋਰਟ ਨਹੀਂ ਕਰਦੇ ਸੀਗੇ, ਮਤਲਬ ਮਿਸਯੂਜ਼ ਕੀਤਾ, ਨਹੀਂ ਕਰ ਸਕਦੇ ਜਸੂਸੀ ਇਹ। ਤੇ ਤੁਸੀਂ ਦੇਖੋ ਵੀ ਕਿੱਦਾਂ ਦੇ ਕੰਮ ਕਰਦੇ ਰਹੇ ਹਨ। ਤੁਹਾਨੂੰ ਹੁਣ ਤੁਸੀਂ ਹੋ ਸਕਦਾ ਆਮ ਆਦਮੀ ਪਾਰਟੀ ਦੇ ਵਿਰੋਧੀ ਹੋ, ਤੁਹਾਡਾ ਫੋਨ ਟੈਪ ਤੇ ਲਾਤਾ ਹੋਵੇ, ਤੁਹਾਡੇ ਕੋਈ ਮਗਰ ਬੰਦਾ ਲਾਤਾ ਹੋਵੇ, ਕੀ ਪਤਾ ਕਿਸ ਤਰ੍ਹਾਂ ਜਸੂਸੀ ਕੀਤੀ ਹੋਵੇ। ਇਸੇ ਤਰੀਕੇ ਉਹਨੇ CBI ਨੇ ਕਿਹਾ ਸੀ ਕਿ ਸਾਨੂੰ ਜਿਹੜਾ ਜਾਂਚ ਕਰਨ ਦਾ ਦਿੱਤਾ, ਤੇ ਹੁਣ ਉਹ ਸਾਰਾ ਪਾਸ ਹੋ ਗਿਆ, ਲੈਟ ਅਸ ਸੀ ਕੀ ਨਿਕਲਦਾ। ਮਨੀਸ਼ ਸਿਸੋਦੀਆ ਜੀ ਨੂੰ ਕੀਤਾ ਵੀ ਸਾਰੀ ਜਾਂਚ ਹੋਵੇ ਤੇ ਗ੍ਰਿਫਤ ਕਰ ਕੀ ਬਣਦਾ। ਕੀ ਲੱਗਦਾ ਪੰਜਾਬ ਦੇ ਵਿੱਚ ਵੀ ਅਜਿਹਾ ਕੁਝ ਹੋ ਰਿਹਾ ਸੀ ਪਿੱਛੇ ਤੁਹਾਡੇ ਟਵੀਟ ਸੀਗੇ
ਕਿ ਪੰਜਾਬ ਦੇ ਕਿਸੇ ਪੰਜਾਬ ਦੇ ਪੱਤਰਕਾਰਾਂ ਦੀ ਵਿੱਚ ਜਿਹੜੀ ਇਦਾਂ ਦੀ ਹੋ ਸਕੂਲ, ਰਹੀ ਹੈ ਜੋ ਸਮੱਸਿਆ। ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ, ਮੇਰੇ ਕੋਲ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਪਤਾ ਲੱਗਿਆ ਸੀ, ਇੱਕ ਮਤਲਬ ਜੀਰਕਪੁਰ ਦੇ ਲਵੇ ਤਵੇ, ਇੱਕ ਸੰਗਰੂਰ ਦਾ ਜਿਹੜਾ ਮਸਲਾ ਸੀਗਾ, ਸੰਗਰੂਰ ਦੇ ਇੱਕ ਪੱਤਰਕਾਰ ਦੇ, ਉਹਨਾਂ ਦੇ ਫੋਨ ਕਰ ਕਰਕੇ ਉਹਨਾਂ ਦੇ ਕਹਿ ਰਹੇ ਗਏ ਕਿ ਤੁਹਾਡੇ ਪਰਿਵਾਰ ਕਿੱਥੇ ਰਹਿੰਦਾ ਹੈ, ਤੁਸੀਂ ਕਿੱਥੇ ਰਹਿੰਦੇ, ਉਹਨਾਂ ਦੇ ਟਿਕਾਣੇ ਪਤਾ ਕਰਨੇ, ਇੱਧਰ ਉੱਧਰ ਪਤਾ ਕਰਨਾ, ਤੇ ਉਹ ਜਿਹੜੇ ਪੱਤਰਕਾਰ ਨੇ ਟਵੀਟ ਵੀ ਕੀਤਾ ਸੀਗਾ, ਲਿਖਿਆ ਸੀ ਓਪਨਲੀ ਕਿ ਸਾਡੀ ਸਨੂਪਿੰਗ ਹੋ ਰਹੀ ਹੈ, ਸਾਡੀ ਜਿਹੜੀ ਜਸੂਸੀ ਹੋ ਰਹੀ ਹੈ। ਫਿਰ ਉਸ ਤੋਂ ਬਾਅਦ ਉਹਨੂੰ ਫੋਨ ਵੀ ਆਇਆ ਸੀ ਪੁਲਿਸ ਦੇ ਕਿ ਤੁਸੀਂ ਏਦਾਂ ਨਾ ਲਿਖੋ, ਅਸੀਂ ਤਾਂ ਵੈਸੇ ਜਾਂਚ ਕਰਦੇ ਪਏ ਸੀਗੇ। ਉਸ ਤੋਂ ਬਾਅਦ ਖਬਰਾਂ ਵੀ ਬੜੀਆਂ ਲੱਗੀਆਂ ਸੀ ਕਿ ਪੱਤਰਕਾਰਾਂ ਦੀ ਪ੍ਰੋਫਾਈਲਿੰਗ ਕੀਤੀ ਜਾ ਰਹੀ ਹੈ, ਕਿੱਥੇ ਰਹਿੰਦੇ ਆ, ਕੀ ਕਰਦੇ ਆ, ਕਿੱਥੇ ਜਾਂਦੇ ਆ, ਕਿਵੇਂ ਕਰਦੇ, ਕਿੱਥੇ ਇਹਨਾਂ ਦਾ ਪਰਿਵਾਰ ਰਹਿੰਦਾ। ਹੋਰ ਵੀ ਬੜੀਆਂ ਵਿੱਚੋਂ ਐਗਜ਼ਾਮਪਲ ਆਈਆਂ ਸੀਗੀਆਂ ਜਿੱਥੇ ਪੱਤਰਕਾਰਾਂ ਦੇ ਘਰੇ ਇਹ ਚੀਜ਼ਾਂ ਪਤਾ ਕੀਤੀਆਂ। ਮਤਲਬ ਇਹ ਸਾਫ਼ ਪਤਾ ਲੱਗਦਾ ਵੀ ਇੱਥੇ ਵੀ ਇਹ ਚੀਜ਼ਾਂ ਹੁੰਦੀਆਂ ਪਈਆਂ ਨੇਗੀਆਂ, ਕਿਤੇ ਨਾ ਕਿਤੇ ਇਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਆ, ਜਸੂਸੀ ਕਰਨ ਦੀ ਕੋਸ਼ਿਸ਼ ਕਰਦੇ, ਕਿਉਂਕਿ ਇੱਥੇ ਵੀ ਪੰਜਾਬ ਦੇ ਵਿੱਚ ਇੰਟੈਲੀਜੈਂਸ ਵਿੰਗ ਹੈਗਾ, ਸਾਰਾ ਕੁਛ ਹੈਗਾ, ਕੁਛ ਵੀ ਕਰ ਸਕਦੇ ਆ, ਇੰਟੈਂਸ਼ਨ ਜੇ ਬੰਦੇ ਦੀ ਮਾੜੀ ਹੋਵੇ, ਇਹਨਾਂ ਕੋਲ ਸਰਕਾਰ ਹੈਗੀ। ਤੇ ਮੈਂ ਚਾਹੁੰਦਾ ਵੀ ਇਹ ਜਾਂਚ ਜਿਹੜੀ ਚੰਗੀ ਤਰੀਕੇ ਨਾਲ ਹੋਵੇ, ਫੇਰ ਜਾਂਚ ਹੋਵੇ ਮਨੀਸ਼ ਸਿਸੋਦੀਆ ਜੀ ਦੀ, ਜੇ ਉਹਨਾਂ ਨੇ ਨਹੀਂ ਕੀਤਾ ਤੇ ਨਿਕਲਣ ਉਹ ਬਾਹਰ। ਪਰ ਜੇ ਉਹਨਾਂ ਨੇ ਜਿੱਦਾਂ ਸੀਬੀਆਈ ਤਾਂ ਕਹਿੰਦੀ ਹੈ ਸਾਡੇ ਕੋਲ ਸਬੂਤ ਨੇ ਇਹਨਾਂ ਨੇ ਕੀਤਾ ਹੈਗਾ, ਤੇ ਜੇ ਕੀਤਾ ਮੈਂ ਸਖ਼ਤ ਸਖ਼ਤ ਸਜ਼ਾ ਹੋਣੀ ਚਾਹੀਦੀ, ਕਿਉਂਕਿ ਇਹ ਇੱਕ ਸਭ ਤੋਂ ਵੱਡੇ ਕ੍ਰਾਈਮਸ ਦੇ ਵਿੱਚੋਂ ਇੱਕ ਆਉਂਦਾ ਹੈਗਾ ਕਿ ਤੁਸੀਂ ਕਿਸੇ ਦੀ ਪ੍ਰੋਫਾਈਲਿੰਗ ਕਰਨੀ, ਕਿਸੇ ਦੀ ਜਸੂਸੀ ਕਰਨੀ ਆਪਣੇ ਵਿਰੋਧੀਆਂ ਦੀ ਮਗਰ, ਜਿਹੜਾ ਸਰਕਾਰੀ ਪਾਵਰ ਨੂੰ ਯੂਜ਼ ਕਰਕੇ ਉਹਨਾਂ ਦੇ ਮਗਰ ਬੰਦੇ ਲਾਉਣੇ, ਉਹਨਾਂ ਦੇ ਫੋਨ ਟੈਪ ਕਰਨੇ, ਬਹੁਤ ਵੱਡਾ ਕ੍ਰਾਈਮ ਹੈ। ਤੇ ਇਦਾਂ ਦੇ ਕ੍ਰਾਈਮ, ਇਹੋ ਜਿਹੀ ਪਾਰਟੀ ਜਿਹੜੀ ਸਾਰਾ ਦਿਨ ਬੜੀ ਸੋਹਣੀ ਸੋਹਣੇ ਗੱਲਾਂ ਕਰਦੀ ਹੋਵੇ, ਉਹ ਸ਼ੋਭਾ ਨਹੀਂ ਦਿੰਦੀ। ਗੱਲਾਂ ਤੋਂ ਮੈਨੂੰ ਯਾਦ ਆ ਗਿਆ ਗੋਇਲ ਸਾਹਿਬ, ਇੱਕ ਸੀਐਮ ਭਗਵੰਤ ਮਾਨ ਹੋਣਾ ਦਾ ਬਿਆਨ ਸੀ, ਕਹਿੰਦੇ ਕੱਲ੍ਹ ਹੀ ਮੇਰੇ ਖਿਆਲ 'ਚ ਬਿਆਨ ਸੀਗਾ, ਕਹਿੰਦੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੋਊਗੀ, ਹੁਣ ਇੰਡਸਟਰੀਅਲਿਸਟ ਜਿਹੜੇ ਨੇ ਉਹ ਪੰਜਾਬ ਆਉਣਗੇ। ਮੇਰੇ ਖਿਆਲ ਦੇ ਵਿੱਚ ਇਸੇ ਕਰਕੇ ਕਿਤੇ ਜਿਹੜੇ ਬੰਬੇ ਦੀ ਤੁਸੀਂ ਗੱਲ ਕਰਦੇ ਹੋ ਕਿ ਉੱਥੇ ਦਿੱਤੇ ਜਾ ਰਹੇ ਨੇ ਏਅਰਪੋਰਟ ਦੇ ਉੱਤੇ ਇਸ਼ਤਿਹਾਰ, ਉਹ ਕਿਤੇ ਇਸੇ ਗੱਲ ਕਰਕੇ ਤਾਂ ਨਹੀਂ ਦਿੱਤੇ ਜਾ ਰਹੇ ਕਿ ਉਹ ਉਹਨਾਂ ਨੂੰ ਦੱਸਿਆ ਜਾਵੇ ਕਿ ਭਾਈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਹੁਣ ਠੀਕ ਆ। ਨਹੀਂ ਦੇਖੋ, ਜਿਹੜੇ ਹੁਣ ਜੇ ਤੁਸੀਂ ਕਿਤੇ ਮੰਨ ਲਓ ਸਪੋਰਟ ਕਰੋ, ਤੁਸੀਂ ਕਿਤੇ 10-20 ਲੱਖ ਇਨਵੈਸਟ ਕਰਨਾ, ਜਾਂ ਵੱਡੇ ਕੋਈ ਜਿਹੜੇ ਵੱਡੇ ਕੋਈ ਆਪਣੇ ਵਪਾਰੀ ਨੇ, ਉਹਨਾਂ ਨੇ ਕੋਈ 100-200 ਕਰੋੜ ਇਨਵੈਸਟ ਕਰਨਾ ਹੈ, ਉਹ ਕੋਈ ਏਦਾਂ ਦੇ ਹੈ ਨਹੀਂ ਵੀ ਉਹ ਜਿਹੜੀ ਫਲੈਕਸ ਲੱਗੀ ਹੋਈ ਆ ਉਹ ਦੇਖ ਕੇ ਚਲੇ ਜਾਊਗਾ, ਜਾਂ ਤੁਸੀਂ ਫਲੈਕਸ ਦੇ ਕੇ ਇਨਵੈਸਟ ਕਰ ਲਓਗੇ। ਉਹ ਪ੍ਰੋਪਰ ਉੱਥੇ ਆਪਦੇ ਜਿਹੜੇ ਜਾਣਕਾਰ ਨੇ, ਉੱਥੇ ਰਿਸ਼ਤੇਦਾਰ ਨੇ, ਕੋਈ ਜੇ ਨਹੀਂ ਹੈਗੇ ਤਾਂ ਉੱਥੋਂ ਦੇ ਜਿਹੜੇ ਹੋਰ ਜਾਣਕਾਰ ਨੇ, ਆਪਣੇ ਲਿੰਕ ਨੇ ਵੱਡੇ ਵੱਡੇ ਵਪਾਰੀਆਂ ਦੇ ਲਿੰਕ। ਮੇਰੇ ਖਿਆਲ ਦੇ ਵਿੱਚ ਤਾਂ ਰਿਸਰਚ ਵੀ ਕਰਦੀਆਂ ਨੇ ਕਈ ਕੰਪਨੀਆਂ, ਮੇਰੇ ਖਿਆਲ 'ਚ ਉਹ ਗਰਾਊਂਡ ਲੈਵਲ ਦੇ ਉੱਤੇ ਬੰਦੇ ਭੇਜ ਕੇ ਰਿਸਰਚਾਂ ਵੀ ਹੁੰਦੀਆਂ ਨੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਜੈਕਟ ਲਗਾਉਣਾ ਹੋਵੇ। ਸਾਰਾ ਪੂਰੀ ਰਿਸਰਚ ਹੁੰਦੀ ਹੈ ਬਕਾਇਦਾ ਜੀ, ਕੋਈ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ, ਸਾਰਾ ਉੱਥੇ ਦੇਖਿਆ ਜਾਂਦਾ, ਕੱਚੇ ਮਾਲ ਦਾ ਦੇਖਿਆ ਜਾਂਦਾ ਕੀ ਸਿਸਟਮ ਹੈਗਾ, ਕੀ ਮਾਹੌਲ ਕਿਵੇਂ ਆ ਉੱਥੇ, ਜਿਹੜਾ ਜਿਹੜਾ ਹੁਣ ਮਾਹੌਲ ਚੱਲਦਾ ਪਿਆ ਇੱਥੇ, ਤੁਸੀਂ ਦੇਖਿਆ ਵੀਡੀਓਜ਼ ਫਰੀਦਕੋਟ ਦੀ, ਆਪਣੀ ਫਿਰੋਜ਼ਪੁਰ ਦੀ, ਤੇ ਹੋਰ ਸੰਗਰੂਰ ਦੀ ਵੀਡੀਓ ਸੀ ਕਿਵੇਂ ਕੁੱਟਦੇ ਪਏ ਸੀ ਗੈਂਗਸਟਰ, ਤੁਸੀਂ ਦੇਖੋ ਕਿਸੇ ਮੰਡੀ 'ਚ ਕਿਵੇਂ ਵੀ ਕਾਲਾਂ ਕਰਦੇ ਕਿਸੇ ਨੂੰ ਵੀ, ਇਹਨਾਂ ਦੇ ਮਾਹੌਲ 'ਚ ਮੈਨੂੰ ਨਹੀਂ ਲੱਗਦਾ ਕੋਈ ਇਨਵੈਸਟਮੈਂਟ ਹੋਊਗੀ। ਮੈਨੂੰ ਏਦਾਂ ਲੱਗਦਾ ਵੀ ਜਿਵੇਂ ਪਹਿਲਾਂ ਹੁੰਦਾ ਸੀਗਾ ਅਕਾਲੀ ਦਲ ਵੇਲੇ ਕਿ, ਜਾਂ ਉਸ ਤੋਂ ਬਾਅਦ ਵੀ ਕੈਪਟਨ ਵੇਲੇ ਕਿ, ਏਦਾਂ ਅਸੀਂ ਇੰਨੀ ਇਨਵੈਸਟਮੈਂਟ ਕਰਾ ਲਈ, ਇੰਨੀ ਕਰਾ ਲਈ, ਆਈ ਵਾਸ਼ ਕੱਲਾ ਅੱਖਾਂ 'ਚ, ਮਤਲਬ ਅੱਖਾਂ 'ਚ ਪਾਣੀ ਪਾਉਣ ਵਾਲੀ ਗੱਲ ਹੈ ਤੁਹਾਡੇ, ਕਿ ਇਹ ਅਸੀਂ ਕਰ ਲਾਂਗੇ ਇਨਵੈਸਟਮੈਂਟ, ਅਸੀਂ ਤਾਂ ਅਸੀਂ 2000 ਕਰੋੜ ਦੀ ਕਰ ਲਈ ਸੀ, 30000 ਕਰੋੜ ਦੀ ਕਰ ਲਈ, ਕੁਛ ਨਹੀਂ ਹੋਣਾ ਤੁਸੀਂ ਦੇਖਿਓ। ਗੋਇਲ ਸਾਹਿਬ, ਬਜਟ ਮੇਰਾ ਆਖਰੀ ਸਵਾਲ ਹੀ ਆ, ਬਜਟ ਸੈਸ਼ਨ ਆ ਰਿਹਾ ਅੱਗੇ ਆਉਣ ਵਾਲੇ 3 ਮਾਰਚ ਤੋਂ ਮੇਰੇ ਖਿਆਲ ਦੇ ਵਿੱਚ ਸ਼ੁਰੂ ਹੋ ਜਾਣਾ, ਅਤੇ 10 ਤਰੀਕ ਨੂੰ ਬਜਟ ਪੇਸ਼ ਹੋ ਜਾਣਾ, ਅਤੇ ਉਹ ਬਜਟ ਸੈਸ਼ਨ ਦੇ ਦਰਮਿਆਨ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਕਿਹੋ ਜਿਹੀ ਭੂਮਿਕਾ ਜਿਹੜੀ ਹੈ ਨਿਭਾਉਣੀ ਚਾਹੀਦੀ ਆ? ਵਿਰੋਧੀ ਧਿਰਾਂ ਨੂੰ ਇਹਨਾਂ ਤੋਂ ਦੇਖੋ, ਪਹਿਲੀ ਗੱਲ ਤੇ ਮੈਂ ਤਾਂ ਇਹ ਕਹਿੰਦਾ ਵੀ ਵਾਈਟ ਪੇਪਰ ਦੀ ਡਿਮਾਂਡ ਹੋਣੀ ਚਾਹੀਦੀ ਹੈ, ਵੀ ਜਿਹੜਾ ਜਿਹੜਾ ਪਿਛਲਾ ਵਾਈਟ ਪੇਪਰ ਸੀਗਾ ਉਹਦੇ ਮੁਕਾਬਲੇ ਇਹਨਾਂ ਨੇ ਕਿੰਨਾ ਖਰਚਾ ਕੀਤਾ, ਕਿਉਂਕਿ ਮੋਟਾ ਮੋਟਾ ਜਿੰਨਾ ਪਤਾ ਲੱਗਦਾ ਪਏਗਾ 30000 ਕਰੋੜ ਤਾਂ ਔਨ ਰਿਕਾਰਡ ਆ ਗਿਆ ਸੀਗਾ, ਤੇ ਉਸ ਤੋਂ ਬਾਅਦ ਕਰੀਬ ਕਰੀਬ ਇਹ 45-50 ਹਜ਼ਾਰ ਕਰੋੜ ਦਾ ਖਰਚਾ ਹੁਣ ਤੱਕ ਲੈ ਚੁੱਕੇ ਆ। ਜੇ ਹੁਣ ਤੱਕ 2.5-3 ਲੱਖ ਦਾ ਕਰੋੜ ਦਾ ਕਰਜ਼ਾ ਹੋਇਆ ਸੀਗਾ ਪਿਛਲੇ ਜਿੰਨੇ ਵੀ ਸਾਲ ਸੀਗੇ, ਤੇ 1 ਸਾਲ ਤੋਂ ਘੱਟ ਟਾਈਮ ਦੇ ਵਿੱਚ ਇਹ 45-50 ਹਜ਼ਾਰ ਕਰੋੜ ਦਾ ਕਰਜ਼ਾ ਲੈਣਾ ਬਹੁਤ ਮੰਦਭਾਗੀ ਗੱਲ ਹੈ, ਇਹ ਵਾਈਟ ਪੇਪਰ ਦੀ ਡਿਮਾਂਡ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਸਾਰਿਆਂ ਨੂੰ ਰਿਸਰਚ ਕਰਨੀ ਚਾਹੀਦੀ ਹੈ ਵਿਰੋਧੀ ਧਿਰ ਨੂੰ, ਕਿ ਜਿਹੜੀ ਪਿਛਲਾ ਬਜਟ ਸੀਗਾ, ਪਿਛਲਾ ਸਾਰਾ ਸੀਗਾ ਸਿਸਟਮ, ਉਹਦੇ 'ਚ ਕੀ ਇਹਨਾਂ ਨੇ ਪੂਰਾ ਕੀਤਾ ਕੀ ਨਹੀਂ, ਜਿਹੜਾ ਨਹੀਂ ਕੀਤਾ ਉਹ ਕੈਰੀ ਫਾਰਵਰਡ ਕੀਤਾ ਜਾਵੇ, ਤੇ ਜਿਹੜਾ ਇਸ਼ਤਿਹਾਰਬਾਜ਼ੀ ਕਰਦੇ ਪਏ ਆ, ਪ੍ਰਾਈਵੇਟ ਜੈਟ ਕਰਦੇ ਪਏ ਆ, ਇਹਦੇ ਜਿਹੜੇ ਖਰਚੇ ਹੈਗੇ ਉਹ ਵੀ ਔਨ ਰਿਕਾਰਡ ਦਿਖਾਏ ਜਾਣ, ਉਹਦੇ ਲਈ ਬਜਟ ਕੱਢੇ ਜਾਣ ਜਿਹਨਾਂ ਨੇ ਯੂਜ਼ ਕਰਨੇ ਆ। ਇੱਦਾਂ ਨਹੀਂ ਵੀ ਇੱਧਰੋਂ ਬਜਟ ਲੜਿਆ, ਇੱਧਰੋਂ ਬਜਟ ਲੈ ਲਿਆ, ਇੱਧਰੋਂ ਬਜਟ ਲੈ ਲਿਆ। ਅਦਰਵਾਈਜ਼ ਹੋਰ ਵੀ ਜਿੱਦਾਂ ਸਕੂਲਾਂ ਵਾਸਤੇ ਕੀ ਬਜਟ ਹੈਗੇ, ਜਿਹੜੇ ਐਜੂਕੇਸ਼ਨ ਵਾਸਤੇ ਕੀ ਬਜਟ ਹੈ, ਤੁਹਾਡੇ ਜਿਹੜੇ ਜਿਹੜੀ ਤੁਹਾਡੇ ਹੈਲਥ ਸਿਸਟਮ ਉਹਦੇ ਵਾਸਤੇ ਕੀ ਬਜਟ ਹੈ, ਜਿੱਦਾਂ
ਹੈਲਥ ਸਿਸਟਮ ਨੂੰ ਵੀ ਇਹਨਾਂ ਨੂੰ ਮਤਲਬ ਪ੍ਰੋਪਰ ਇੱਕ ਬਜਟ ਦੇਣਾ ਚਾਹੀਦਾ, ਕਿਉਂਕਿ ਕਿਤੇ ਦਵਾਈਆਂ ਨਹੀਂ ਹੈਗੀਆਂ, ਕਿਤੇ ਪੱਟੀਆਂ ਨਹੀਂ ਹੈਗੀਆਂ, ਕਿਤੇ ਜਿਹੜੇ ਤੁਹਾਡੇ ਐਕਸਰੇ ਫਿਲਮਾਂ ਨਹੀਂ ਹੈਗੀਆਂ, ਇਦਾਂ ਹੀ ਸਕੂਲਾਂ ਦੇ ਵਿੱਚ ਹੈ ਨਹੀਂ ਨਾਲੇ ਮਾਨ ਬਾਹਰ ਪਹਿਲਾਂ। ਸਾਹਿਬ ਸਿਹਤ ਸਿਸਟਮ ਨੂੰ ਲੈ ਕੇ ਤਾਂ ਕਹਿੰਦੇ ਮੁਹੱਲਾ ਕਲੀਨਿਕ ਐਸੀ ਭਾਈ, ਹੁਣ ਸੱਤ ਥਾਂ ਥਾਂ ਖੋਲਤੇ, 500 ਮੁਹੱਲਾ ਕਲੀਨਿਕ ਖੋਲਤੇ। 500 ਮੁਹੱਲਾ ਕਲੀਨਿਕ ਹੈ, ਤੁਸੀਂ ਆ ਜਾਓ, ਮੈਂ ਤੁਹਾਨੂੰ ਵੀਡੀਓ ਭੇਜ ਦਿੰਦਾ ਹੈਗਾ, ਇੱਥੇ ਨੇੜੇ ਹੀ ਹੈ ਪਿੰਡ, ਅਤੇ ਕੋਈ ਉਹਦਾ ਨਾਂ ਵੀ 500 ਦੇ ਵਿੱਚ, ਉਹਦੀ ਛੱਤ ਵੀ ਨਹੀਂ ਹਜੇ ਪੂਰੀ ਪ੍ਰੋਪਰ ਸੈੱਟ ਕੀਤੀ। ਅਸੀਂ ਗਏ ਸੀਗੇ, ਉੱਥੇ ਬਾਹਰ ਬੈਠਾ ਸੀਗਾ ਇੱਕ ਮਰੀਜ਼, ਉਹਦੇ ਪੱਟੀ ਬਾਹਰ ਮੇਜ਼ ਬਿਠਾ ਕੇ ਪੱਟੀ ਕਰੀ ਜਾਂਦਾ ਸੀਗਾ, ਮੇਜ਼ ਡਾਕਟਰ ਦਾ ਬਾਹਰ ਲੱਗਿਆ ਹੋਇਆ ਸੀਗਾ। ਜਿਹੜੀਆਂ ਡਿਸਪੈਂਸਰੀਆਂ ਸੀਗੀਆਂ ਵੱਡੀਆਂ ਵੱਡੀਆਂ ਬੰਦ ਕਰਕੇ, CSC ਸੀਗੇ, PSC ਸੀ ਬੰਦ ਕਰਕੇ, ਇੱਕ ਮੁਹੱਲਾ ਕਲੀਨਿਕ ਇੱਕ ਕਮਰੇ ਦੇ ਬਣਾ ਦਿੱਤੇ, ਜਿਹੜੇ ਲੋਕਾਂ ਨੂੰ ਬੜੀ ਇਨਕਨਵੀਨੀਅਸ ਹੋ ਰਹੀ ਹੈ, ਲੋਕਾਂ ਨੂੰ ਸ਼ਹਿਰ ਆਉਣਾ ਪੈਂਦਾ ਜੇ ਕੋਈ ਵੱਧ ਇਲਾਜ ਕਰਾਉਣਾ ਹੈ। ਸ਼ਹਿਰ ਦੇ ਹਸਪਤਾਲ ਓਵਰ ਕਰਾਊਡ ਹੋਏ ਫਿਰਦੇ ਆ, ਵੀ ਜਿਹੜੇ ਵੱਡੇ ਹਸਪਤਾਲ ਸੀਗੇ ਵੱਡੀਆਂ, CSC PSC ਸੀਗੇ, 20-20 ਹਜ਼ਾਰ ਆਬਾਦੀ ਦੇ ਪਿੰਡਾਂ ਨੂੰ, 10-10 ਆਬਾਦੀ ਦੇ ਪਿੰਡਾਂ ਨੂੰ ਦਿੱਤੀਆਂ ਹੋਈਆਂ ਡਿਸਪੈਂਸਰੀਆਂ ਸੀਗੀਆਂ, ਉੱਥੇ ਹੁਣ ਇੱਕ ਇੱਕ ਕਮਰੇ ਦੇ ਆਹ ਖੰਘ ਜ਼ੁਕਾਮ ਦੀ ਦਵਾਈ ਵਾਲੇ ਬਣਾਤੇ, ਕਿਤੇ ਹੁਣ ਟੈਸਟ ਵਾਲਾ ਬੰਦਾ ਨਹੀਂ ਹੈਗਾ, ਕਿਤੇ ਪੱਟੀਆਂ ਨਹੀਂ ਹੈਗੀਆਂ, ਕਿਤੇ ਹੁਣ ਹਸਪਤਾਲਾਂ ਦੇ ਵਿੱਚ ਸਮਾਨ ਮੁੱਕਿਆ ਪਿਆ। ਉਧਰੋਂ ਇਹਨਾਂ ਨੇ ਜਿਹੜਾ ਆਪਣਾ ਆਯੁਸ਼ਮਾਨ ਸਕੀਮ ਵਾਲਾ ਪੈਸਾ ਬੰਦ ਕਰਾ ਲੈਣਾ, ਉਦੋਂ ਸੈਂਟਰ ਦੀ ਗ੍ਰਾਂਟ ਬੰਦ ਕਰਾ ਲੈਣੀ ਆ, ਕਿਉਂਕਿ ਉਹ ਕੰਸਰਨ ਵੀ ਜਾਇਜ਼ ਆ, ਕਿਉਂਕਿ ਇਹਨਾਂ ਨੇ ਆਪਣੇ ਜਿਹੜੇ ਕਲੀਨਿਕਸ ਨੇ ਉਹਨਾਂ ਦਾ ਨਾਮ ਆਮ ਆਦਮੀ ਕਲੀਨਿਕ ਰੱਖਤਾ, ਪਾਰਟੀ ਦੇ ਨਾਂ ਤੇ ਰੱਖਤਾ। ਸਿੱਧੀ ਜੀ ਗੱਲ ਹੈ, ਜੇ ਤੁਸੀਂ ਆਪਦੀ ਪਾਰਟੀ ਦੇ ਨਾਂ ਤੇ ਰੱਖੋਗੇ ਤਾਂ ਉਹ ਗ੍ਰਾਂਟ ਕਿਉਂ ਦੇਣਗੇ? ਇਸ ਤੋਂ ਬਾਅਦ ਵੀ ਪੰਗਾ ਪੈਣਾ ਜਦੋਂ ਇਲੈਕਸ਼ਨ ਆਉਣੇ ਆ, ਜੋ ਕਿਸੇ ਨੇ ਚੈਲੰਜ ਕਰਤਾ ਇਲੈਕਸ਼ਨ ਕੋਡ ਲੱਗ ਗਿਆ, ਵੀ ਇਹਨਾਂ ਨੇ ਜਿਹੜੇ ਕਲੀਨਿਕ ਤੇ ਨਾਂ ਲਿਖਿਆ ਹੋਇਆ ਸਾਰੇ ਇਹਨਾਂ ਨੂੰ ਚੇਪੀਆਂ ਲਾਉਣੀਆਂ ਪੈਣੀਆਂ ਉਹਨਾਂ ਤੇ ਜਾਂ ਨਾਂ ਬਦਲਨੇ ਪੈਣੇ। ਇਹ ਬੜੀਆਂ ਗਲਤ ਪ੍ਰੈਕਟਿਸਿਸ ਨੇ, ਇਹ ਬੰਦ ਕਰਨੀਆਂ ਚਾਹੀਦੀਆਂ ਇਹਨਾਂ ਨੂੰ, ਕਿਉਂਕਿ ਇਹ ਇਹੋ ਜਿਹੀਆਂ ਪ੍ਰੈਕਟਿਸਿਸ ਪਹਿਲਾਂ ਵੀ ਬੜੀਆਂ ਕਰਦੀ ਰਹੀਆਂ ਨੇ ਕਈ ਪਾਰਟੀਆਂ, ਤੇ ਉਸ ਤੋਂ ਬਾਅਦ ਨੁਕਸਾਨ ਹੀ ਹੋਇਆ, ਲੋਕਾਂ ਦਾ ਨੁਕਸਾਨ ਹੈ। ਹੁਣ ਜੇ ਮੰਨ ਲਓ ਇਲੈਕਸ਼ਨ ਕਮਿਸ਼ਨ ਨੇ ਆਰਡਰ ਦੇਤਾ ਵੀ ਇਹਨੂੰ ਪੱਟੋ, ਫਿਰ ਕੀ ਕਰੋਗੇ ਤੁਸੀਂ? ਜੀ ਇਸੇ ਤਰੀਕੇ ਗਲਤ ਮਤਲਬ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਲੋਕਾਂ ਦੇ ਲਈ ਐਕਚੁਅਲ ਦੇ ਵਿੱਚ ਬਜਟ ਚੰਗਾ ਹੋਵੇ, ਲੋਕਾਂ ਦੇ ਕੋਈ ਰਾਹਤ ਦਿੱਤੀ ਜਾਵੇ। ਜਿਹੜਾ ਤੁਸੀਂ ਆ ਜਿਹੜੀ ਸਰਕਾਰਾਂ ਨੇ ਸਟੇਟ ਦੀਆਂ ਉਹ ਸੈਸ ਘਟਾਉਂਦੀਆਂ ਨੇ, ਟੈਕਸ ਘਟਾਉਂਦੀਆਂ ਨੇ, ਪ੍ਰਾਈਵੇਟ ਪੈਟਰੋਲ ਤੇ ਡੀਜ਼ਲ ਦਾ ਤੁਸੀਂ ਵਧਾਈ ਜਾਂਦੇ ਹੋਗੇ, ਇਸੇ ਤਰੀਕੇ ਜਿਹੜੇ ਲੋਕਾਂ ਨੂੰ ਰਾਹਤ ਮਿਲੇ, ਮਤਲਬ ਮੋਟਾ ਮੋਟਾ ਇਹੀ ਹੈ ਵੀ ਆਪੋਜੀਸ਼ਨ ਨੂੰ ਸਾਰਾ ਆਪਦਾ ਤਿਆਰੀ ਨਾਲ ਜਾਣਾ ਚਾਹੀਦਾ ਹੈਗਾ। ਜੀ ਜੀ ਬਹੁਤ ਬਹੁਤ ਧੰਨਵਾਦ ਗੋਇਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ। ਤਾਂ ਇਹ ਸਨ ਸਾਡੇ ਨਾਲ ਆਰਟੀ ਐਕਟਿਵਿਸਟ ਮਾਨਿਕ ਗੋਇਲ ਜੀ, ਜਿਨ੍ਹਾਂ ਦੇ ਵੱਲੋਂ ਪੰਜਾਬ ਅਤੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਗਈ ਹੈ। ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਸਕਦੇ ਹੋ। ਹੋਰ ਵੀ ਖਬਰਾਂ ਅਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਦੇ ਨਾਲ।